पंजाब दे विच नशे का कहर कांग्रेस की सरकार वेले भी काफ़ी भारी सी, पर कांग्रेस नूं उदों शायद नशे नज़र नहीं सन आउंदे, पर हुण जदों कांग्रेस सत्ता गुआ चुकी है तां उहनां नूं नशे दिसण लग पए ने। अज कांग्रेस दे वल्लों बरनाला दे विच इक रैली कीती गई जिथे उहनां ने पंजाब सरकार नूं नशे दे मुद्दे नूं लै के खूब घेरिया। 24 सालां दा 26 सालां दा पुत्त अज तां धीआं वी नशे लाउण लग पईआं, ਉਹਨੂੰ ਫਿਰ ਸ਼ਮਸ਼ਾਨ ਘਾਟ ਛੱਡ ਕੇ ਆਉਂਦੀ ਹੈ ਮੇਰੀ ਮਾਂ ਤੇ ਮੇਰਾ ਪਿਓ, ਤੇ ਉਸ ਪਿਓ ਨੂੰ ਕੋਈ ਸਮਝ ਨਹੀਂ ਆਉਂਦੀ ਉਸ ਮਾਂ ਨੂੰ ਜਿਹਦਾ ਇੱਕ ਪੁੱਤ ਤੇ ਉਹ ਨਸ਼ੇ ਦਾ ਆਦੀ ਹੋ ਗਿਆ ਤੇ 24 ਸਾਲਾਂ ਦੀ ਉਮਰ ਚ ਸ਼ਮਸ਼ਾਨ ਘਾਟ ਛੱਡ ਕੇ ਆਉਂਦੀ ਹੈ, ਫਿਰ ਮਰੇ ਨਾਲ ਮਰਿਆ ਨਹੀਂ ਜਾਂਦਾ। ਇਸ ਤੋਂ ਬਾਅਦ ਉਸ ਮਾਂ ਬਾਪ ਦਾ ਕੋਈ ਸਹਾਰਾ ਤੇ ਚਾਰਾ ਨਹੀਂ ਰਹਿ ਜਾਂਦਾ। ਜਿਉਂਦੇ ਜੀ ਹਜ਼ਾਰਾਂ ਲਾਸ਼ਾਂ ਅੱਜ ਪੰਜਾਬ ਦੀ ਧਰਤੀ ਤੇ, ਜਿਹੜੇ ਮਰ ਗਏ ਉਹ ਚਲੇ ਗਏ, ਲੇਕਿਨ ਅੱਜ ਜਿਉਂਦੀਆਂ ਹਜ਼ਾਰਾਂ ਲਾਸ਼ਾਂ ਮੇਰੀਆਂ ਮਾਵਾਂ ਤੇ ਮੇਰੇ ਬਾਪ, ਅੱਜ ਪੰਜਾਬ ਦੀਆਂ ਗਲੀਆਂ, ਅੱਜ ਪੰਜਾਬ ਦੇ ਮਹੱਲਿਆਂ ਚ, ਅੱਜ ਪੰਜਾਬ ਦੇ ਪਿੰਡਾਂ ਚ ਉਹ ਜਿਉਂਦੇ ਲਾਸ਼ਾਂ ਮਾਂ ਬਾਪ ਤੁਰੇ ਫਿਰਦੇ ਹੈ। ਲੇਕਿਨ ਸਮੇਂ ਦੀਆਂ ਸਰਕਾਰਾਂ ਨੇ ਇਹਦੇ ਵੱਲ ਝਾਤ ਨਹੀਂ ਮਾਰੀ, ਇਹਦੇ ਵੱਲ ਨਿਗਾਹ ਨਹੀਂ ਮਾਰੀ। ਐਸਾ ਕੋਈ ਕਰਮ ਨਹੀਂ ਹੈ, ਐਸਾ ਕੋਈ ਕੰਮ ਨਹੀਂ ਹੈ ਜਿਹੜੀਆਂ ਪੰਜਾਬ ਦੀਆਂ ਸਰਕਾਰਾਂ ਖਤਮ ਨਹੀਂ ਕਰ ਸਕਦੀਆਂ। ਲੇਕਿਨ ਮਨ ਦੇ ਵਿੱਚ ਨਿਸ਼ਠਾ ਔਰ ਧਾਰਨਾ ਹੋਣੀ ਚਾਹੀਦੀ ਹੈ, ਪੰਜਾਬ ਦੀਆਂ ਉਹਨਾਂ ਮਾਵਾਂ ਦੇ ਪ੍ਰਤੀ ਦਰਦ ਹੋਣਾ ਚਾਹੀਦੀ ਹੈ, ਉਹਨਾਂ ਪਿਓਆਂ ਦੇ ਪ੍ਰਤੀ, ਉਹਨਾਂ ਪਿਓਰਾਂ ਦੇ ਪ੍ਰਤੀ ਇੱਕ ਦਰਦ ਹੋਣਾ ਚਾਹੀਦਾ, ਪੀੜ ਹੋਣੀ ਚਾਹੀਦੀ ਹੈ, ਫਿਰ ਪੰਜਾਬ ਦੀਆਂ ਸਰਕਾਰਾਂ ਨਸ਼ਾ ਖਤਮ ਕਰ ਸਕਦੀਆਂ ਨੇ। ਹਾਈ ਕੋਰਟ ਕੱਲ ਅਖਬਾਰ ਚ ਅੰਕੜੇ ਲੱਗੇ ਸਨ ਕਿ ਅਗਰ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਨਸ਼ਾ ਖਾਣ ਵਾਲਿਆਂ ਦੇ ਅੰਕੜੇ ਵੱਧਦੇ ਗਏ ਤਾਂ ਇੱਕ ਦਿਨ ਦੂਰ ਨਹੀਂ ਕਿ ਇਸ ਨਸ਼ੇ ਨੇ ਪੰਜਾਬ ਨੂੰ, ਪੂਰੇ ਪੰਜਾਬ ਨੂੰ ਲਪੇਟ ਲਿਚ ਲੈ ਲੈਣਾ। ਉਹ ਕਾਲਾ ਜੀ, ਅੱਜ ਮੈਂ ਬਰਨਾਲੇ ਦੇ ਲੋਕਾਂ ਨੂੰ ਤੁਹਾਨੂੰ ਦੱਸਣਾ ਚਾਹੁੰਦਾ, ਮੈਂ ਰਾਜਾ ਵੜੇਈ, ਮੈਂ ਅੰਡੇ ਦਾ ਸੇਵਨ ਵੀ ਨਹੀਂ ਕਰਦਾ, ਮੈਂ ਸ਼ਰਾਬ ਨਹੀਂ ਪੀਂਦਾ, ਮੈਂ ਕੋਈ ਨਸ਼ੇ ਦਾ ਆਦੀ ਨਹੀਂ ਹਾਂ। ਮੇਰਾ 13 ਸਾਲਾਂ ਦਾ ਪੁੱਤ ਹੈ ਤੇ ਮੈਂ ਆਪਦੀ ਘਰ ਵਾਲੀ ਨੂੰ ਕਿਹਾ, ਉਹਦੇ ਨਾਲ ਇੱਕ ਸਿਆਣਾ ਬੰਦਾ ਮੈਂ ਲਾਇਆ, ਹੁਣੇ